ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਕੈਨੇਡਾ ਪਹੁੰਚਣਾ ਭਾਰਤੀ ਵਿਦਿਆਰਥੀਆਂ ਲਈ ਹੋਇਆ ਮਹਿੰਗਾ ਹਵਾਈ ਟਿਕਟਾਂ ਦੇ ਰੇਟ ਸੁਣ ਕੇ رہ ਜਾਊਗੇ ਹੈਰਾਨ ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੇ ਵਿੱਚ ਜਾਣ ਵਾਲਿਆਂ ਚੋਂ ਜ਼ਿਆਦਾਤਰ ਗਿਣਤੀ ਪੰਜਾਬੀ ਵਿਦਿਆਰਥੀਆਂ ਦੀ ਹੈ ਜੋ ਕੈਨੇਡਾ ਦੇ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਨੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸਥਿਤ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿੱਚ ਸਤੰਬਰ ਮਹੀਨੇ ਤੋਂ ਨਵਾਂ ਸੈਸ਼ਨ ਸ਼ੁਰੂ ਹੁੰਦਾ ਹੈ ਇਸ ਸੈਸ਼ਨ ਵਿੱਚ ਦਾਖਲਾ ਲੈਣ ਵਾਲੇ ਬੱਚੇ ਕੈਨੇਡਾ ਪਹੁੰਚਣ ਦੀ ਇੱਛਕੰਧ ਪਰ ਹਵਾਈ ਜਹਾਜ਼ ਦੀਆਂ ਟਿਕਟਾਂ ਦਾ ਮੁੱਲ ਵਧਾ ਕੇ 3 ਲੱਖ ਰੁਪਏ ਤੱਕ ਕਰ ਦਿੱਤਾ ਹੈ ਭਾਰਤ ਤੋਂ ਕੈਨੇਡਾ ਪਹੁੰਚਣ ਦੇ ਲਈ ਵੀਕੈਂਡ ਲੱਗਦੇ ਨੇ ਕੁਝ ਫਲਾਈਟਾਂ ਸਿੱਧੀਆਂ ਜਾਂਦੀਆਂ ਨੇ ਕੁਝ ਦੁਬਈ ਜਾਂ ਹੋਰ ਹਵਾਈ ਅੜਿਆਂ ਤੋਂ ਰੁੱਕ ਕੇ ਜਾਂਦੀਆਂ ਨੇ ਇੱਕ ਟਿਕਟ ਦਾ ਮੁੱਲ 1,60,000 67,000 ਰੁਪਏ ਜੋ ਟੈਕਸ ਦੇ ਨਾਲ 2 ਲੱਖ ਰੁਪਏ ਤੱਕ ਪਹੁੰਚ ਜਾਂਦਾ ਹੈ ਜੇਕਰ ਤੁਸੀਂ ਤਤਕਾਲ ਵਿੱਚ ਟਿਕਟ ਲੈਣੀ ਆ ਤਾਂ ਟਿਕਟ 3 ਲੱਖ ਰੁਪਏ ਦੀ ਮਿਲੇਗੀ ਚਰਚ ਦੇ ਵਿੱਚ ਹੋਈ ਭੰਨ ਤੋੜ ਮਗਰੋਂ ਪੰਜਾਬ ਭਾਰਚੋ ਅਲੱਗ ਸਾਰੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਵਧਾਏਗੀ ਪੰਜਾਬ ਦੇ ਵਿੱਚ ਤਰਨਤਨ ਵਿੱਚ ਚਰਚ ਨੂੰ ਹੋਈ ਭੰਨ ਤੋੜ ਤੇ ਪਾਦਰੀ ਦੀ ਗੱਡੀ ਨੂੰ ਅਗਲਾਂ ਦੀ ਵਾਪ੍ਰੀ ਕਢਣਾ ਤੋਂ ਬਾਅਦ ਪੰਜਾਬ ਪੁਲਿਸ ਨੇ ਸੂਬੇ ਭਰ ਦੇ ਵਿੱਚ ਸਾਰੇ ਹੀ ਧਾਰਮਿਕ ਸਥਾਨਾਂ ਦੀ ਸੁਰੱਖਿਆ ਇੱਕਦਮ ਵਧਾ ਦਿੱਤੀ ਹੈ ਪੰਜਾਬ ਪੁਲਿਸ ਦੇ ਡੀਜੀਪੀ ਅਮਰਦੀਪ ਰਾਏ ਦੇ ਵੱਲੋਂ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ ਗਿਆ ਸਮੂਹਕ ਸੁਰੱਖਿਆ ਪੁਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕਿਸੇ ਵੀ ਧਾਰਮਿਕ ਸਥਾਨ ਨੂੰ ਨੁਕਸਾਨ ਪਹੁੰਚਾਉਣ ਦੀ ਭਵਿੱਖ ਵਿੱਚ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਭਗਵੰਤਾਨ ਸਰਕਾਰ ਰਾਜਾ ਵੜਿੰਗਾਂ ਨੇ ਬਰਗਾੜੀ ਕੜਨਾ ਵੀ ਯਾਦ ਕਰਵਾ ਦਿੱਤੀ ਹੈ ਅਕਾਲੀ ਦਲ ਚ ਇੱਕ ਪਰਿਵਾਰ ਇੱਕ ਟਿਕਟ ਦਾ ਫਾਰਮੂਲਾ ਲਾਗੂ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਪਾਰਟੀ ਕਿਸੇ ਦੀ ਨਿੱਜੀ ਜਾਗੀਰ ਨਹੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਚ ਵੱਡੇ ਬਦਲਾਅ ਕੀਤੇ ਗਏ ਨੇ ਅਕਾਲੀ ਦਲ ਹੁਣ ਇੱਕ ਪਰਿਵਾਰ ਨੂੰ ਚੋਣਾਂ ਦੇ ਵਿੱਚ ਇੱਕ ਹੀ ਟਿਕਟ ਮਿਲੇਗੀ ਕੋਈ ਵੀ ਜ਼ਿਲ੍ਹਾ ਪ੍ਰਧਾਨ ਚੋਣ ਨਹੀਂ ਲੜੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ ਚ ਐਲਾਨ ਕੀਤਾ ਅਕਾਲੀ ਦਲ ਵਿੱਚ ਪਿਛਲੇ ਕੁਝ ਸਮੇਂ ਤੋਂ ਲੀਡਰਸ਼ਿਪ ਨੂੰ ਲੈ ਕੇ ਬਗਾਵਤ ਚੱਲ ਰਹੀ ਆ ਬਾਦਲ ਨੇ ਸਪਸ਼ਟ ਕੀਤਾ ਕਿ ਅਕਾਲੀ ਦਲ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਜਿਵੇਂ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ 101 ਸਾਲ ਪਹਿਲਾਂ ਪੰਥ ਨੂੰ ਬਚਾਉਣ ਲਈ ਬਣਾਇਆ ਗਿਆ ਸੀ ਅਕਾਲੀ ਦਲ ਪੰਜਾਬ ਦਾ ਅਕਾਲੀ ਦਲ ਵਿੱਚ ਹੁਣ ਇੱਕ ਪ੍ਰਧਾਨ ਲਗਾਤਾਰ ਦੋ ਵਾਰ रह ਸਕਦਾ ਹੈ ਤੀਸਰੇ ਕਾਰਜਕਾਲ ਲਈ ਉਸ ਨੂੰ ਇੱਕ ਕਾਰਜਕਾਲ ਜਾਨੀ ਕਿ 5 ਸਾਲ ਦੀ ਬ੍ਰੇਕ ਲੈਣੀ ਪਵੇਗੀ ਅਕਾਲੀ ਦਲ ਦੇ ਸੰਸਦੀ ਬੋਰਡ ਬਣਾਏ ਜਾਣਗੇ ਬੋਰਡ ਦੀ ਚੋਣ ਤੈਂ ਸਮੇਂ ਤੇ ਕਰੇਗਾ ਕਿਹੜਾ ਖੇਤਰ ਬੇਤਰ ਉਮੀਦਵਾਰ ਹੋਵੇਗਾ ਸਿਰਫ ਪੂਰਨ ਸਿੱਖਾਂ ਨੂੰ ਹੀ ਪਾਰਟੀ ਦਾ ਜ਼ਿਲਾ ਜਾ ਨੌਜਵਾਨ ਮੁਕੀ ਤੇ ਸਟੇਟ ਬੋਰਡ ਦੀ ਦਾਗੂ ਬਣਾਇਆ ਜਾਵੇਗਾ ਜਿਸ ਵਿੱਚ ਜੇਕਰ ਕੋਈ ਦੂਜੇ ਧਰਮ ਦਾ ਤੇ ਉਸ ਨੂੰ ਆਪਣੇ ਧਰਮ ਦਾ ਪਾਲਣਾ ਕਰੇਗਾ ਬੀਸੀ ਪਾਈਚਾਰੇ ਨੂੰ ਬਹੁਤੀ ਤਰਜੀਹ ਨਹੀਂ ਮਿਲਦੀ ਪਾਰਟੀ ਅਤੇ ਲੀਡਰਸ਼ਿਪ ਵਿੱਚ ਸਪਾਈਚਾਰਕ ਸਾਂਚ ਨੂੰ ਅੱਗੇ ਲਿਆਂਦਾ ਜਾਵੇਗਾ 117 ਸੀਟਾਂ ਚ 50% ਸੀਟਾਂ 50 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਦਿੱਤੀਆਂ ਜਾਣਗੀਆਂ ਪਾਰਟੀ ਦੇ ਸਰਵੋੱਚ ਫੈਸਲੇ ਕੋਰ ਕਮੇਟੀ ਦੇ ਨੌਜਵਾਨ ਅਤੇ ਮਹਿਲਾ ਆਗੂਆਂ ਨੂੰ ਵੀ ਮੈਂਬਰ ਬਣਾਇਆ ਜਾਵੇਗਾ ਯੂਥ ਅਕਾਲੀ ਦਲ ਦੀ ਉਮਰ ਹੱਦ ਤੈ ਕੀਤੀ ਜਾਵੇਗੀ ਸਿਰਫ 35 ਸਾਲ ਤੋਂ ਘੱਟ ਉਮਰ ਵਾਲੇ ਮੈਂਬਰ ਬਣ ਸਕਦੇ ਨੇ ਐਸਓਆਈ ਅਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਹੁਣ 30 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਸਬਕਾਰ ਨਹੀਂ ਕਰਨਗੇ ਪੰਜਾਬ ਦੇ ਵਿੱਚ ਲੰਬੀ ਸਕਿਨ ਦਾ ਕਹਿਰ ਮਾਨ ਸਰਕਾਰ 'ਚ ਪਾਰੀਆ ਮਰਤਕ ਪਛਮਾ ਦੇ ਅੰਕੜੇ ਪੰਜਾਬ ਦੇ ਐਮਪੀ ਵੱਲੋਂ ਕੇਂਦਰ ਸਰਕਾਰ ਨੂੰ ਸ਼ਿਕਾਇਤ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਫਾਟੇਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਕੇਂਦਰੀ ਪਸ਼ੂ ਪਾਲਣ ਮੰਤਰੀ ਪਰਸ਼ोत्तम ਰੂਪਾਣਾ ਨਾਲ ਮੁਲਾਕਾਤ ਕਰਕੇ ਦੱਸਿਆ ਕਿ ਪੰਜਾਬ ਦੇ ਹਰ ਪਿੰਡ ਵਿੱਚ ਲੰਪੀਸਕਿਨ ਦੀ ਬਿਮਾਰੀ ਨੇ ਪਸ਼ੂਆਂ ਨੂੰ ਪ੍ਰਭਾਵਿਤ ਕੀਤਾ ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਰਸਾਈ ਇਸ ਬਿਮਾਰੀ ਨਾਲ ਪ੍ਰਭਾਵਿਤ ਅਤੇ ਮਰੇ ਹੋਏ ਪਸ਼ੂਆਂ ਦੀ ਗਿਣਤੀ ਡੇਅਰੀ ਫਾਰਮਰ ਐਸੋਸੀਏਸ਼ਨ ਵੱਲੋਂ ਦੱਸੀ ਗਿਣਤੀ ਦਾ 10ਵਾਂ ਇੱਕ ਸਾਈਡ ਡਾਕਟਰ ਅਮਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਹੀ ਅੰਕੜੇ ਪੇਸ਼ ਨਹੀਂ ਕਰ ਰਹੀ ਉਹਨਾਂ ਨੇ ਰਾਜ ਸਰਕਾਰ ਦਾ ਦਾਵਾ ਹੈ ਕਿ ਬਿਮਾਰੀ ਤੋਂ ਪ੍ਰਭਾਵਿਤ ਪਸ਼ੂਆਂ ਦੀ ਕੁੱਲ ਗਿਣਤੀ 125000 ਹੈ ਜਦਕਿ ਪ੍ਰੋਗਰੈਸਿਵ ਡੇਰੀ ਫਾਰਮਰਸ ਐਸੋਸੀਏਸ਼ਨ ਦਾ ਦਾਵਾ ਹੈ ਕਿ ਮੜੇ ਹੋਏਗੀ ਪਸ਼ੂਆਂ ਦੀ ਗਿਣਤੀ ਵੀ 1.5 ਲੱਖ ਤੋਂ ਵੱਧ ਹੈ ਪੰਜਾਬ ਤੇ ਦਿੱਲੀ 'ਚ 10 'ਚੋਂ 9 ਬੱਚਿਆਂ ਨੂੰ ਦਿਲ ਦੀ ਬਿਮਾਰੀ ਦਾ ਖਤਰਾ ਦੇਣ ਦੇ ਵਿੱਚ ਹੋਇਆ ਖਲਾਸਾ ਵੱਡੀ ਖਬਰ ਹੈ ਪੰਜਾਬ ਤੇ ਦਿੱਲੀ ਦੇ ਬੱਚਿਆਂ ਦੇ ਕੀਤੇ ਗਿਆ ਦੇਣ ਨੂੰ ਹੈਰਾਨ ਕਰ ਦੇਣ ਵਾਲਾ ਖਲਾਸਾ ਹੈ ਜਿਆ ਦੇ ਅਨੁਸਾਰ 10 ਦੇ ਵਿੱਚੋਂ 9 ਬੱਚਿਆਂ ਨੂੰ ਦਿਲ ਦੀ ਸੰਦਰੁਸਤ ਜੀਵਨ ਸ਼ੈਲੀ ਦੇ ਵਿੱਚੋਂ ਇੱਕ ਸਿਹਤਮੰਦ ਦਿਲ ਵਾਲੀ ਜੀਵਨ ਸ਼ੈਲੀ ਦੀ ਘਾਟ ਹੈ। ਅਧਿਐਨ ਦੱਸਦਾ ਹੈ ਕਿ ਬੱਚਿਆਂ ਦੀ ਇਸ ਤਰ੍ਹਾਂ ਜੀਵਨ ਸ਼ੈਲੀ ਉੱਪਰ ਉਹਨਾਂ ਲਈ ਜੋਖਮ ਪਈ ਹੈ ਡਾਕਟਰ ਜਨੀਸ਼ ਕਪੂਰ ਪੰਜਾਬ ਰਤਨਾਵਾਰਡੀ ਦੇ ਮਦਾਨਤਾ ਹਸਪਤਾਲ ਅਤੇ ਇੰਟਰਨੈਸ਼ਨਲ ਇੰਟਰਵੈਸ਼ਨਲ ਕਾਰਡੀਓਲੋਜੀ ਦੇ ਵਾਈਸ ਚੇਅਰਮੈਨ ਇਸ ਅਧਿਐਨ ਦੇ ਪ੍ਰਮੁੱਖ ਖੋਜਕਰਤਾ ਹਨ ਜਿਨ੍ਹਾਂ ਨੇ ਕਾਰਡੋਕੋ ਵੈਸਕੂਲਰ ਨੂੰ ਪ੍ਰਭਾਵਿਤ ਕਰਨ ਵਾਲੇ ਮਾਪ ਡੰਡਾਂ ਤੇ ਪ੍ਰਸ਼ਨਾਂ ਵਾਲੀ ਆਧਾਰਿਤ ਮੁਲੰਗ ਰਾਹੀਂ 5 ਤੋਂ 18 ਸਾਲ ਉਮਰ ਹੱਦ ਦੇ 3200 ਬੱਚਿਆਂ ਦੀ ਸਿਹਤ ਦੀ ਜਾਂਚ ਕੀਤੀ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਵੱਡੀਆਂ ਗੱਲਾਂ ਕਰਨ ਵਾਲੀ ਆਪ ਆਰਟੀਆਈ ਦੇ ਵਿੱਚ ਖਰਚਾ ਦੱਸਣ ਤੋਂ ਡਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣੇ। 5 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਜਿਸ ਦੌਰਾਨ ਵਿਰੋਧੀਆਂ ਵੱਲੋਂ ਲਗਾਤਾਰ ਆਪ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੁਆਰਾ। ਹੋਰੇ ਖਰਚੇ ਤੇ ਲਗਾਤਾਰ ਦੂਜੀਆਂ ਸਰਕਾਰਾਂ ਵੱਲੋਂ ਵੇਰਵੇ ਮੰਗੇ ਜਾ ਰਹੇ ਨੇ ਆਰਟੀਆਈ ਰਾਹੀਂ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਨੇ ਇਸ ਦੌਰਾਨ ਪ੍ਰਗਟ ਸਿੰਘ ਨੇ ਟਵੀਟ ਕੀਤਾ ਹੈ ਕਿ ਤੋ ਕੀ ਹੋ ਗਿਆ ਪਾਰਦਰਸ਼ਤਾ ਤੇ ਆਰਟੀਆਈ ਦੀ ਕਰਕੇ ਸੱਤਾ 'ਚ ਆਉਣ ਵਾਲੇ ਰਵਿੰਦ ਕੇਜਰੀਵਾਲ ਦੀ ਪਾਰਟੀ ਹੁਣ ਪੰਜਾਬ 'ਚੋਂ ਆਰਟੀਆਈ ਦਾ ਜਵਾਬ ਦੇਣ ਤੋਂ ਡਰ ਰਹੀ ਆ ਹਰ ਖਰਚੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਭਗਵੰਤ ਮਾਨ ਜੀ ਦੀ ਇਸੇ ਤਰ੍ਹਾਂ ਤੁਹਾਡੀ ਹਵਾਈ ਯਾਤਰਾ ਦੇ ਖਰਚੇ ਵੀ ਬਾਹਰ ਆਉਣਗੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਿੱਤ ਦੇ ਜਸ਼ਨ ਮਨਾਉਂਦਿਆਂ 13 ਮਾਰਚ ਨੂੰ ਸ਼੍ਰੀ ਅਮਰਤ ਸਰੂਪੇ ਸਾਹਿਬ ਵਿਖੇ ਵਿਜੇ ਯਾਤਰਾ ਕੱਢੀ ਸੀ ਜਿਸ ਵਿੱਚ ਪੂਰੇ ਪੰਜਾਬ ਦੇ ਵਰਕਰਾਂ ਨੂੰ ਬੁਲਾਇਆ ਸੀ ਮਾਨਸਾ ਵਾਸੀ ਮਾਨਕ ਗੋਇਲ ਵੱਲੋਂ ਆਰਟੀ ਰਾਹੀਂ ਲਈ ਜਾਣਕਾਰੀ ਚੁ ਹੈਰਾਨੀਜਨਕ ਖਾਸ ਖੁਲਾਸਾ ਹੋਇਆ ਕਿ ਲੱਖ ਰੁਪਏ ਦਾ ਖਰਚ ਪਾਰਟੀ ਫੰਡ ਦੀ ਬਜਾਏ ਸਰਕਾਰੀ ਖਜ਼ਾਨੇ ਦੇ ਵਿੱਚੋਂ ਕੀਤਾ ਗਿਆ ਹੈ ਪੀਜੀਆਈ ਨੇ ਵਧਾਇਆ ਪ੍ਰਾਈਵੇਟ ਕਮਰਿਆਂ ਦਾ ਕਿਰਾਇਆ 1900 ਦੀ ਬਜਾਏ 3500 ਪਰਚੂ ਮਿਲੇਗਾ ਕਮਰਾ ਪੀਜੀਆਈ ਨੇ 9 ਸਾਲਾਂ ਬਾਅਦ ਮਰੀਜ਼ਾਂ ਲਈ ਪ੍ਰਾਈਵੇਟ ਕਮਰਿਆਂ ਦੀਆਂ ਕੀਮਤਾਂ ਵਿੱਚ ਵਾਦਾ ਕੀਤਾ ਜੀ ਪ੍ਰਾਈਵੇਟ ਕਮਰੇ ਦਾ ਕਿਰਾਇਆ ਜੋ 1900 ਰੁਪਏ ਪ੍ਰਤੀ ਦਿਨ ਸੀ ਹੋਰ 3500 ਰੁਪਏ ਵਾਧਾ ਕਰ ਦਿੱਤਾ ਗਿਆ ਜੀ 84% ਦਾ ਵਾਧਾ ਹੋਇਆ ਵੀਆਈਪੀ ਕਮਰੇ ਦੀ ਕੀਮਤ 3400 ਤੋਂ ਵਧਾ ਕੇ 6500 ਕਰ ਦਿੱਤੀ ਇਸ ਦੇ ਵਿੱਚ 91% ਦਾ ਵਾਧਾ ਹੋਇਆ ਜੀ ਇਸ ਦੇ ਵਿੱਚ ਖੁਰਾਕ ਅਤੇ ਲੈਬ ਦੇ ਖਰਚੇ ਸ਼ਾਮਲ ਨੇ ਪੀਜੀਆਈ ਨੇ 2013 ਤੋਂ ਬਾਅਦ ਪ੍ਰਾਈਵੇਟ ਕਮਰਾਂ ਦੇ ਰੇਟ ਵਧਾ ਦਿੱਤੇ ਨੇ ਇਸ ਸੰਬੰਧੀ ਫੈਸਲਾ ਫਰਵਰੀ ਦੇ ਵਿੱਚ ਪੀਜੀਆਈ ਹਸਪਤਾਲ ਦੀ ਚਾਰਜ ਕਮੇਟੀ ਨੇ ਲਿਆ ਸੀ ਪਰ ਇਸ ਨੂੰ ਲਾਗੂ ਹੋਣ ਕੀਤਾ ਗਿਆ ਹੈ ਪ੍ਰਾਈਵੇਟ ਕਮਰੇ 950 ਤੋਂ ਵਧਾ ਕੇ 2013 1400 ਕੀਤਾ ਗਿਆ ਸੀ ਤੇ ਵੀਆਈਪੀ ਦਾ ਕਮਰੇ ਦਾ ਰੇਟ 1500 ਤੋਂ 3000 ਕਰ ਦਿੱਤਾ ਗਿਆ ਹੈ। ਗਰਮੀ ਤੋਂ ਮਿਲੇਗੀ ਰਾਹਤ ਮੌਸਮ ਵਿਭਾਗ ਨੇ ਪੰਜਾਬ ਤੋਂ ਇਸ ਦਿਨ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ। ਭਾਰਤੀ ਮੌਸਮ ਵਿਭਾਗ ਨੇ ਮੌਨਸੂਨ ਨੂੰ ਲੈ ਕੇ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਵੱਲੋਂ ਸਤੰਬਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਸਬੰਧੀ ਆਈਐਮਡੀ ਦੇ ਡਾਇਰੈਕਟਰ ਜਨਰਲ ਮਤਰੰਜੇ ਮਹਾਪਾਤਰਾ ਨੇ ਵੀਰਵਾਰ ਨੂੰ ਦੱਖਣ ਪੱਛਮੀ ਮੌਨਸੂਨ ਦੀ ਤੇਜ਼ੀ ਖੇਤੀ ਵਾਪਸੀ ਲਈ ਪਿਛਲੇ ਹਫਤੇ ਦੀਪ ਵਿਵਖ ਬਾਣੀ ਨੂੰ ਖਾਰਜ ਕਰ ਦਿੱਤਾ ਤੇ ਇਸੇ ਮਹੀਨੇ بارش ਦੇ ਲੰਬੇ ਸਮੇਂ ਦੀ ਭਵਿੱਖ ਬਾਣੀ ਕੀਤੀ ਇਸ ਤੋਂ ਅੱਗੇ ਉੱਤਰ ਪੱਛਮੀ ਬੰਗਾਲ ਦੀ ਖਾੜੀ ਤੇ ਚੱਕਰਵਾਤ ਸਤੰਬਰ 7 ਦੇ ਆਸ-ਪਾਸ ਮਾਨਸੂਨ ਟਰੱਫ ਨੂੰ ਦੱਖਣ ਵੱਲ ਬਦਲ ਦੇਵੇਗਾ ਇਸ ਕਾਰਨ ਮਾਦ ਅਤੇ ਉਤਰੀ ਭਾਰਤ ਦੇ ਵਿੱਚ ਮੀਂਹ ਦੀ ਗਤੀਵਿਧੀ ਵਧੇਗੀ ਜਿਸ ਕਾਰਨ ਮੌਸਮ ਨੂੰ ਖੇਤੀ ਵਾਪਸੀ ਲਈ ਹਾਲਾਤ ਅਨੁਕੂਲ ਨਹੀਂ ਹਨ ਦੱਸਦੀ ਹੈ ਕਿ ਇਸ ਤੋਂ ਪਹਿਲਾਂ 25 ਅਗਸਤ ਨੂੰ ਮੌਸਮ ਵਿਭਾਗ ਨੇ 17 ਸਤੰਬਰ ਦੀ ਆਮ ਤਰੀਕ ਤੋਂ ਪਹਿਲਾਂ ਮੌਦ ਦੱਖਣ ਪੱਛਮੀ ਮੌਨਸੂਨ ਤੋਂ ਛੇਤੀ ਬਰਾਂਦੀ ਭਵਿੱਖਬਾਣੀ ਕੀਤੀ ਸੀ ਆਪ ਦੀ ਵਿਧਾਇਕਾ ਕਰੇਲੂ ਹਿੰਸਾ ਦਾ ਹੋਏ ਸ਼ਿਕਾਰ ਪੰਜਾਬ ਦੇ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਕਰੇਲੂ ਹਿੰਸਾ ਦਾ ਸ਼ਿਕਾਰ ਹੋ ਗਿਆ ਹੈ ਬਲਜਿੰਦਰ ਕੌਰ ਨੂੰ ਉਹਨਾਂ ਦੇ ਪਤੀ ਸੁਖਰਾਜ ਨੇ ਥੱਪੜ ਮਾਰਿਆ ਜੀ ਕੜਨਾ ਸੀ ਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਇਹ ਮਾਮਲਾ ਜੁਲਾਈ ਮਹੀਨੇ ਦਾ ਹਾਲਾਂਕਿ ਇਸ ਦੀ ਰਿਕਾਰਡਿੰਗ ਹੁਣ ਸਾਹਮਣੇ ਆਈ ਹੈ ਜੀ ਹਾਲਾਂਕਿ ਅਜੇ ਤੱਕ ਬਲਜਿੰਦਰ ਕੌਰ ਤੇ ਉਹਨਾਂ ਦੇ ਪਤੀ ਸੁਖਰਾਜ ਨੇ ਇਸ ਬਾਰੇ ਕੁਝ ਨਹੀਂ ਕਿਹਾ ਸੂਤਰਾਂ ਮੁਤਾਬਕ ਪਤੀ ਨਾਲ ਜਾਗੜੇ ਤੋਂ ਬਾਅਦ ਬਲਜਿੰਦਰ ਕੌਰ ਸੋਰਾਕਰ ਛੱਡ ਕੇ ਇਸ ਸਮੇਂ ਆਪਣੇ ਪੇਕੇਆਂ ਦੇ ਘਰ ਵਿੱਚ ਰਹਿ ਰਹੀ ਹੈ ਤੇ ਪੰਜਾਬ ਮੈਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਵਿਧਾਇਕਾ ਦਾ ਘਰੇਲੂ ਹਿੰਸਾ ਦਾ ਸ਼ਿਕਾਰ ਹੋਣਾ ਦੁੱਖ ਦਾ ਅਜੇ ਤੱਕ ਇਹ ਮਾਮਲਾ ਉਹਨਾਂ ਦੀ ਘਰ ਦੀ ਚਾਰ ਦਿਵਾਰੀ ਵਿੱਚ ਸੀ ਹੁਣ ਵੀਡੀਓ ਬਾਹਰ ਨਿਕਲ ਗਈ ਹੈ। ਮੂਸੇਵਾਲਾ ਦੇ ਮਾਤਾ ਪਿਤਾ ਵਿਦੇਸ਼ ਲਈ ਰਵਾਨਾ ਮੀਡੀਆ ਰਿਪੋਰਟਾਂ ਦੇ ਵਿੱਚ ਖੁਲਾਸਾ ਸਦੂ ਮੂਸੇਵਾਲਾ ਦੇ ਮਾਤਾ ਪਿਤਾ ਵਿਦੇਸ਼ ਜਾ ਰਹੇ ਨੇ ਮੀਡੀਆ ਰਿਪੋਰਟਰ ਤੋਂ ਇਹ ਜਾਣਕਾਰੀ حاصل ਹੋਈ ਹੈ ਜੀ 10 ਦਿਨਾਂ ਦੇ ਲਈ ਵਿਦੇਸ਼ ਗਏ ਨੇ ਸੋ ਮੀਡੀਆ ਰਿਪੋਰਟਾਂ ਦੀ ਤਮੰਨੀ ਹੈ ਉਹ ਅੱਜ ਵਿਦੇਸ਼ ਜਾਣੇ 10 ਦਿਨਾਂ ਲਈ ਜਾ ਰਹੇ ਨੇ ਸੋ ਲਾਰੈਂਸ ਬਸ਼ਨੋਈ ਗਰੁੱਪ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਜੀ 10 ਦਿਨਾਂ ਪਹਿਲੇ ਦਿਨੀ ਮੂਸੇਵਾਲਾ ਦੇ ਪਿਤਾ ਨੂੰ ਲਾਰੈਂਸ ਬਸ਼ਨੋਈ ਗਰੁੱਪ ਵੱਲੋਂ ਧਮਕੀ ਦਿੱਤੀ ਗਈ ਹੈ ਇਸ ਵਾਰ ਗੈਂਗਸਟਰਾਂ ਨੇ ਧਮਕੀ ਫੇਸਬੁੱਕ ਪੋਸਟ ਰਾਹੀਂ ਨਹੀਂ ਸਗੋ ਈਮੇਲ ਰਾਹੀਂ ਦਿੱਤੀ ਹੈ ਗੈਂਗਸਟਰਾਂ ਨੇ ਮੇਲ ਦੇ ਵਿੱਚ ਲਿਖਿਆ ਜੇਕਰ ਬੁੱਢਾ ਨਾ ਸੁਧਰਿਆ ਤਾਂ ਤੇਰੀ ਹਾਲਤ ਤੇਰੇ ਪੁੱਤਰ ਤੋਂ ਵੀ ਮਾ ਮੰਨੂ ਤੇ ਜਗਰੂਪ ਰੂਪਾ ਦਾ ਇੰਕਾਊਂਟਰ ਹੋਇਆ ਜੀ ਤੁਹਾਡੀ ਵਾਰੀ ਵਾਰ ਵਾਰ ਸ਼ਿਕਾਇਤ ਕਰਨ ਦੇ ਨਾਲ ਇਹ ਸਭ ਕੁਝ ਹੋਇਆ ਹੈ ਸਰਪੰਚੀ ਨੂੰ ਲੈ ਕੇ ਪੰਚਾਇਤ ਮੰਤਰੀ ਦੇ ਐਲਾਨ ਤੋਂ ਬਾਅਦ ਮਹਿਲਾ ਸਰਪੰਚ ਨੇ ਕੀਤੀ ਅਪੀਲ ਪੰਜਾਬ ਦੇ ਵਿੱਚ ਸਰਕਾਰ ਦਾ ਵੱਡਾ ਫੈਸਲਾ ਲਿਆ ਗਿਆ ਜੀ ਮਹਿਲਾ ਸਰਪੰਚ ਖੁਦ ਪਿੰਡਾਂ ਦੇ ਸਰਕਾਰੀ ਦਫ਼ਤਰ ਜਾਣ ਉਹਨਾਂ ਦੇ ਪਤੀ ਜਾਂ ਪੁੱਤਰ ਵੱਲੋਂ ਸਰਪੰਚੀ ਨਹੀਂ ਕੀਤੀ ਜਾਵੇਗੀ ਇਸ ਨੂੰ ਲੈ ਕੇ ਮਹਿਲਾ ਸਰਪੰਚਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਜੀ ਪਰ ਮਹਿਲਾ ਸਰਪੰਚਾਂ ਦਾ ਕਹਿਣਾ ਹੈ ਕਿ ਕੁਝ ਕੰਮਾਂ ਨੂੰ ਲੈ ਕੇ ਉਹਨਾਂ ਦੇ ਪਤੀ ਜਾਂ ਪੁੱਤਰਾਂ ਨੂੰ ਇਜਾਜ਼ਤ ਦਿੱਤੀ ਜਾਵੇ 31 ਅਸਤ ਨੂੰ ਪੰਚਾਇਤ ਮੰਤਰੀ ਨੇ ਇਹ ਫੈਸਲਾ ਲਿਆ ਸੀ ਉਹਨਾਂ ਨੇ ਕਿਹਾ ਜੀ ਮਹਿਲਾ ਸਰਪੰਚਾਂ ਨੂੰ ਨਵੀਂ ਤਾਕਤ ਦੇਵਾਂਗੇ ਸਰਪੰਚੀ ਨੂੰ ਲੈ ਕੇ ਪੰਚਾਇਤ ਮੰਤਰੀ ਦੇ ਐਲਾਨ ਤੋਂ ਬਾਅਦ ਮਹਿਲਾ ਸਰਪੰਚਾਂ ਨੇ ਅਪੀਲ ਕੀਤੀ ਹੈ ਰਾਤ ਨੂੰ ਕਈ ਵਾਰ ਲੜਾਈ ਝਗੜਾ ਹੋ ਜਾਂਦਾ ਜਾਂ ਪੁਲਿਸ ਸਟੇਸ਼ਨ ਜਾਣਾ ਪੈਂਦਾ ਤਾਂ ਮਹਿਲਾ ਸਰਪੰਚ ਨੂੰ ਪਤੀ ਦੇ ਨਾਲ ਲੈ ਕੇ ਜਾਣਾ ਪੈਂਦਾ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਪਤੀਆਂ ਨੂੰ ਕੁਝ ਕੰਮਾਂ ਦੀ ਇਜਾਜ਼ਤ ਦਿੱਤੀ ਜਾਵੇ ਕਾਬਰ ਜਲੰਧਰ ਤੋਂ ਜਿੱਥੇ 600 ਜੁੰਟ ਤੋਂ ਘੱਟ ਖਪਤ ਕਰਨ ਦੇ ਬਾਵਜੂਦ ਖਪਤਕਾਰਾਂ ਨੂੰ ਆ ਰਿਹਾ ਪੂਰਾ ਬਿੱਲ ਲੋਕ ਹੋ ਚੁੱਕੇ ਨੇ ਪਰੇਸ਼ਾਨ ਉਹਨਾਂ ਨੂੰ ਬਿਜਲੀ ਦਫ਼ਤਰ ਦੇ ਚੱਕਰ ਕੱਢਨੇ ਪੈ ਰਹੇ ਨੇ 600 ਜੁੰਟ ਘੱਟ ਖਪਤ ਕਰਨ ਦੇ ਵੀ ਪੂਰਾ ਬਾਅਦ ਵਿੱਚ ਬਿੱਲ ਆ ਚੁੱਕਾ ਹੈ ਖਪਤਕਾਰਾਂ ਨੂੰ 10 ਰੁਪਏ ਪ੍ਰਤੀ ਜੁੰਟ ਦਾ ਬਿੱਲ ਆਇਆ ਹੈ ਰਾਜਾ ਗਾਰਡਨ ਦੇ ਰਹਿਣ ਵਾਲੇ ਖਪਤਕਾਰ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਬਿੱਲ 15000 ਰੁਪਏ ਦਾ ਇਸ ਤੋਂ ਵੱਧ ਹੈ ਜਦ ਕਿ ਉਸ ਦੀ ਜੁੰਟ 1500 ਦੇ ਕਰੀਬ ਖਪਤ ਹੋ ਚੁੱਕੀ ਹੈ ਗੱਲ ਕਰਨਗੇ ਕਿ ਉਸ ਦੇ 8992 ਜੁੰਟਾਂ ਲਈ 8282 ਰੁਪਏ ਦਾ ਬਿੱਲ ਜਨਰੇਟ ਕੀਤਾ ਗਿਆ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ 'ਚੋ ਦਾਖਲ ਹੋਣ ਵਾਲੇ 17 ਪਾਰ ਦੀ ਗ੍ਰਿਫਤਾਰਾ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਨਾਗਰਿਕ ਵੀ ਫੜੇ ਗਏ ਨੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚੋ ਦਾਖਲ ਕਰਨ ਦੀ ਕੋਸ਼ਿਸ਼ ਵਾਲੇ 100 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਗ੍ਰਿਫਤਾਰ ਕੀਤੇ ਗਏ ਲੋਕਾਂ 'ਚ 17 ਭਾਰਤੀ ਨਾਗਰਿਕ ਦੱਸੇ ਗਏ ਨੇ ਸਰਹੱਦੀ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਲੋਕ ਕੈਲਿਫੋਰਨੀਆ ਦੇ ਵਿੱਚ ਇੱਕ ਸਰਹੱਦੀ ਚੌਂਕੀ ਦੀ ਵਾਰਡ ਨੂੰ ਪਾਰ ਕਰਕੇ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਸੋਮਾਲੀਆ ਤੇ ਅਫਗਾਨਿਸਤਾਨ ਦੇ ਨਾਗਰਿਕਾਂ ਨੇ ਵੀ ਮੁਲਾਕਾਤ ਕੀਤੀ ਹੈ ਲਾਰੈਂਸ ਬਿਸ਼ਨੋਈ ਗਰੁੱਪ ਦੇ ਗੈਂਗਸਟਰਾਂ ਵੱਲੋਂ ਵੱਡੀ ਵਾਰਦਾਤ ਰੀਅਲ ਅਸਟੇਟ ਕਾਰੋਬਾਰੀ ਦੇ ਕੀਤਾ ਗਿਆ ਹਮਲਾ ਸੋ ਉਸ ਦੀ ਕੁੱਟਮਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਨਿਊ ਜਨਰੇਸ਼ਨ ਅਪਾਰਟਮੈਂਟ ਟਕੌਲੀ ਦੇ ਰੀਅਲ ਏਸਟੇਟ ਕਾਰੋਬਾਰ ਦੇ ਲਲਿਤ ਗੋਇਲ ਤੇ ਲਾਰੈਂਸ ਬਸ਼ਨੋਈ ਤੇ ਉਸਦੇ ਸਾਥੀਆਂ ਵੱਲੋਂ ਪਿਸਤੌਲ ਦੀ ਲੋਕ ਤੇ ਲੁੱਟਮਖੋ ਕੀਤੀ ਗਈ ਜਿਸ ਤੋਂ ਬਾਅਦ ਖੈਰਾਤੀ لال ਨੇ ਫੋਨ ਕਰਕੇ ਆਪਣੇ ਹੋਰ ਸਾਥੀਆਂ ਨੂੰ ਮੌਕੇ ਤੇ ਬੁਲਾ ਲਿਆ ਜਿਨ੍ਹਾਂ ਦੇ ਵਿੱਚ ਇੱਕ ਦਿਨ ਦਫ਼ਤਰ ਦਾ ਦਰਵਾਜ਼ਾ ਬਾਹਰੋਂ ਬੰਦ ਕਰਕੇ ਉਸ ਦਾ ਮੋਬਾਈਲ ਖੋਲਿਆ ਗੈਂਗਸਟਰ ਲਾਰੈਂਸ ਬਸ਼ਨੋਈ ਦੇ ਕਰੀਬੀ ਸਾਥੀ ਸੁੱਖਾ ਨੇ ਉਸਦੇ ਵੱਲ ਪਿਸਤੌਲ ਤਾਣੀ ਤਾਂ ਸਾਥੀਆਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ ਸੁੱਖੇ ਨੇ ਧਮਕੀ ਦਿੱਤੀ ਕਿ ਅੱਜ ਇਹ ਸ਼ਹਿਰ ਛੱਡ ਕੇ ਚਲਾ ਜਾਵੇ ਲਲਿਤ ਗੋਇਲ ਨੇ ਦੱਸਿਆ ਕਿ ਹਮਲਾਵਾਰਾਂ ਨੇ ਇੰਨੀ ਬੁਰੀ ਤਰ੍ਹਾਂ ਘੁੱਟਿਆ ਕਿ ਉਹ ਬੇਹੋਸ਼ ਹੋ ਗਿਆ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੁਲਿਸ ਨੌਕਰੀ ਦੀ ਅਰਜੀ ਦੀ ਤਰੀਕ ਵੱਧੀ ਜਲਦੀ ਕਰੋ ਅਪਲਾਈ। ਅਕਸਰ ਹੀ ਨੌਜਵਾਨ ਨੌਕਰੀ ਦੀ ਪਾਲ ਲਈ ਹੋਰਨਾਂ ਸੂਬਿਆਂ ਵੱਲ ਰੁੱਕ ਕਰਨਾ ਪੈਂਦਾ ਹੈ ਇਸ ਦੇ ਚੱਲਦੇ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਪੰਜਾਬ ਪੁਲਿਸ ਵਿੱਚ ਨੌਕਰੀ ਦਾ ਨੌਜਵ ਮੌਕਾ ਨੌਜਵਾਨਾਂ ਲਈ ਖੁਸ਼ਖਬਰੀ ਹੋਵੇਗੀ ਨੌਕਰੀ ਦੀ ਪਾਲ ਲਈ ਨੌਜਵਾਨਾਂ ਨੂੰ ਆਪਣੇ ਸੂਬੇ ਤੋਂ ਬਾਹਰ ਜਾਣ ਦੀ ਕੋਈ ਲੋੜ ਨਹੀਂ ਪਵੇਗੀ ਨੌਕਰੀ ਲਈ ਪੰਜਾਬ ਪੁਲਿਸ ਦਾ ਹਿੱਸਾ ਬਣ ਸਕਦੇ ਨੇ ਪੰਜਾਬ ਪੁਲਿਸ ਚ ਭਰਤੀ ਲਈ ਪਹਿਲਾਂ ਆਖਰੀ ਤਰੀਕ 16 ਅਗਸਤ 2022 ਰੱਖੀ ਸੀ ਜਿਸ ਨੂੰ ਵਧਾ ਕੇ 9 ਨਵੰਬਰ 2022 ਕਰ ਦਿੱਤਾ ਗਿਆ ਹੈ ਜਿਆਦਾ ਜਾਣਕਾਰੀ ਲਈ ਚੈਨਲ ਤੇ ਪਾਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਤੇ 12ਵੀਂ ਦੇ ਵਿੱਚ ਦਾਖਲਾ ਲੈਣ ਤੋਂ ਵਾਂਝੇ ਵਿਦਿਆਰਥੀਆਂ ਨੂੰ ਦਿੱਤਾ ਇੱਕ ਹੋਰ ਮੌਕਾ 31 ਅਗਸਤ ਤੱਕ ਦਾਖਲੇ ਮਿਤੀਆਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਸੀ ਜਿਸ ਨੂੰ ਹੁਣ 15 ਸਤੰਬਰ ਤੱਕ ਬਿਨਾਂ ਕੋਈ ਲੇਟ ਫੀਸ ਲੱਗ ਕੇ ਦਾਖਲਾ ਕਰ ਸਕਣਗੇ ਸਿੱਖਿਆ ਬੋਰਡ ਦੇ ਬੁਲਾਰਿਆਂ ਨੇ ਦੱਸਿਆ ਕਿ ਬਿਨਾਂ ਲੇਟ ਫੀਸ ਤੇ ਦਾਖਲੇ ਦੀ ਆਖਰੀ ਮਿਤੀ ਤੋਂ ਬਾਅਦ ਵਿਦਿਆਰਥੀ ਨੇ ਅਧਾਰਤ ਦਾਖਲਾ ਫੀਸ ਦੇ ਨਾਲ ਨਾਲ 1000 ਰੁਪਏ ਲੇਟ ਫੀਸ 30 ਸਤੰਬਰ ਤੱਕ ਲੈ ਸਕਦੇ ਨੇ ਪੂਰੇ ਸਰਕਾਰੀ ਸਨਮਾਨਾਂ ਨਾਲ ਨਹੀਂ ਹੋਵੇਗਾ ਸਾਹਬਕਰ ਰਾਸ਼ਟਰਪਤੀ ਮਖਲਾਏ ਮਖਾਇਲ ਗੋਰਬਚੇਵ ਦਾ ਅੰਤਮ ਸੰਸਕਾਰ ਸਾਫਕਾ ਸੋਵੈਤ ਯੂਨੀਅਨ ਰੂਸ ਦੀ ਵੰਡ ਤੋਂ ਪਹਿਲਾਂ ਦੇ ਰਾਸ਼ਟਰਪਤੀ ਮਖਾਇਲ ਗੋਰਬਚੇਵ ਦਾ ਅੰਤਮ ਸੰਸਕਾਰ ਪੂਰਨ ਸਰਕਾਰੀ ਸਮਾਣਾਂ ਨਾਲ ਹੋਵੇਗਾ ਐਨ ਐਨ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਨ ਨੇ ਪਹਿਲਾਂ ਤੋਂ ਤਹਿ ਪ੍ਰੋਗਰਾਮ ਦੇ ਕਾਰਨ ਮਾਸਕੋ ਤੋਂ ਬਾਹਰ ਆਣ ਕਰਕੇ ਸ਼ਨੀਵਾਰ ਨੂੰ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਪੁਤਨ ਨੇ ਗੋਰਬਚੇਵਾ ਦੀ ਮੌਤ ਤੋਂ 15 ਘੰਟੇ ਬਾਅਦ ਸੋਗ ਪ੍ਰਗਟ ਕੀਤਾ ਵੈਸੇ ਪੁਤਨ ਨੇ ਵੀਰਵਾਰ ਨੂੰ ਕੇਂਦਰੀ ਕਲਪਨਿਕ ਹਸਪਤਾਲ ਚ ਗੋਰਬਚੋਵ ਨੂੰ ਸ਼ਰਧਾਂਜਲੀ ਦਿੱਤੀ ਸੋਵੀਅਤ ਸੰਘ ਦੇ ਆਖਰੀ ਰਾਸ਼ਟਰਪਤੀ ਗੋਰਬਚੇਵਾ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ ਸੀ ਪੰਜਾਬ 'ਚ ਸਸਤੇ ਪਾਦੇ ਰੇਤਾ ਦੇਣ ਲਈ ਸਰਕਾਰ ਦਾ ਵੱਡਾ ਫੈਸਲਾ ਖੱਡਾ ਚਲਾਉਂਦੇ ਜ਼ਮੀਨ ਮਾਲਕ ਦੇ ਸਕਦੇ ਨੇ ਅਰਜੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਲੋਕਾਂ ਨੂੰ ਸਸਤਾ ਰੇਤਾ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਨਿੱਜੀ ਜ਼ਮੀਨ ਮਾਲਕਾਂ ਦੀ ਖੱਡਾਂ ਵੱਜੋਂ ਪਛਾਣ ਕਰਨ ਤੇ ਉਹਨਾਂ ਨੂੰ ਪ੍ਰਵਾਨਗੀ ਦੇਣ ਦਾ ਫੈਸਲਾ ਕੀਤਾ ਗਿਆ ਇਸ ਬਾਰੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ ਸੂਬੇ ਦੇ ਵਿੱਚ ਰੇਤਾਂ ਦੀਆਂ ਨਵੇਂ ਖੱਡਾਂ ਨੂੰ ਪ੍ਰਵਾਨਗੀ ਦੇਣ ਲਈ ਜ਼ਮੀਨ ਮਾਲਕ ਖੱਡਾਂ ਦੀ ਸਵੈ ਪਛਾਣ ਕਰਕੇ ਜ਼ਮੀਨ ਦੀ ਮਾਲਕੀ ਇਸ ਕਾਰਜ ਨਾਲ ਸੰਬੰਧਿਤ ਹੋਰ ਦਸਤਾਵੇਜ਼ ਸੰਬੰਧਿਤ ਇਲਾਕੇ ਦੇ ਕਾਰਜਕਾਰੀ ਇੰਜੀਨੀਅਰ ਕਮ ਜ਼ਿਲ੍ਹਾ ਮਾਈਨਿੰਗ ਅਫਸਰਾਂ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਨੇ ਬੈਂਸ ਨੇ ਕਿਹਾ ਕਿ ਵਿਭਾਗ ਦੇ ਇਸ ਫੈਸਲੇ ਨਾਲ ਲੋਕਾਂ ਨੂੰ ਜਲਦੀ ਸਸਤੇ ਭਾਅ ਦੇ ਰੇਤਾ ਮਿਲਣਾ ਸ਼ੁਰੂ ਹੋ ਜਾਵੇਗਾ ਪੀਐਮ ਮੋਦੀ ਨੇ ਜਲ ਸੈਨਾ ਨੂੰ ਸੌਂਪਿਆ ਭਾਰਤ ਦਾ ਸਭ ਤੋਂ ਵੱਡਾ ਸਬ ਦੇ ਅੱਛੀ ਜੰਗੀ ਬੇੜਾ ਆਈਐਨਐਸ ਵਿਕਰਾਂਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਈਐਨਐਸ ਵਿਕਰਾਂਤ ਦਾ ਉਦਘਾਟਨ ਕੀਤਾ ਰਾਕੇ ਮੰਤਰੀ ਰਾਜਨਾਥ ਸਿੰਘ ਰਾਜਪਾਲ ਆਰਫ ਮੁਹੰਮਦ ਖਾਨ ਤੇ ਮੁੱਖ ਮੰਤਰੀ ਪਿੰਨਰ ਆਈ ਵਿਜਨ ਤੇ ਹੋਰ ਪਤਵੰਤੇ ਉਹਨਾਂ ਨਾਲ ਮੌਜੂਦ ਸਨ ਪ੍ਰਧਾਨ ਮੰਤਰੀ ਮੋਦੀ ਨੇ ਪਹਿਲਾਂ ਸੰਬੋਧਨ ਦੇ ਛੀ ਜਹਾਜ਼ ਕੈਰੀਅਰ ਆਈਐਨਐਸ ਵਿਕਰਾਂਤ ਨੂੰ ਜਲ ਸੈਨਾ ਨੂੰ ਸੌਂਪ ਦਿੱਤਾ ਹੈ ਇਸ ਨੂੰ 2009 ਦੇ ਵਿੱਚ ਬਣਾਉਣਾ ਸ਼ੁਰੂ ਕੀਤਾ ਗਿਆ ਸੀ ਭਾਰਤ ਦੇ ਸਮੁੰਦਰੀ ਇਤਿਹਾਸ ਤੋਂ ਹੁਣ ਤੱਕ ਦਾ ਸਭ ਤੋਂ ਵੱਡਾ ਜੰਗੀ ਬੇੜਾ ਇਹ ਜਲ ਸੈਨਾ ਨੂੰ 13 ਸੇਲਾਬਾਦ ਮਿਲਿਆ ਹੈ ਇਸ ਦੇ ਨਾਲ ਹੀ ਪੀਐਮ ਮੋਦੀ ਨੇ ਜਲ ਸੈਨਾ ਦੇ ਨਵੇਂ ਐਨ ਸਾਈਨ ਦਾ ਵੀ ਉਦਘਾਟਨ ਕੀਤਾ ਜਲ ਸੈਨਾ ਦਾ ਨਵਾਂ ਨਿਸ਼ਾਨ ਵਸਤੀਵਾਦੀ ਅਤੀਤ ਤੋਂ ਦੂਰ ਹੈ ਸੁਖਬੀਰ ਬਾਦਲ ਦਾ ਵੱਡਾ ਬਿਆਨ ਪੰਜਾਬ ਦੀ ਨਵੀਂ ਆਮਕਾਰੀ ਨੀਤੀ ਦੀਆਂ ਛੇਤੀ ਖੋਲਣਗੀਆਂ ਪਰਤਾਂ ਸਭ ਤੋਂ ਵੱਡਾ ਚੈਲੰਜ ਹੈ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਬਣਿਆ ਜਿੱਥੇ ਉਹਨਾਂ ਨੇ ਇੱਕ ਪਾਸੇ ਮੁੜ ਪਾਰਟੀ ਖੜੀ ਕਰਨੀ ਹੈ ਤੇ ਦੂਜੇ ਪਾਸੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੇ ਹੋਏ ਸਰਕਾਰ ਨੂੰ ਕਿੰਨਾ ਉਹਨਾਂ ਨੇ ਕਿਹਾ ਜੀ ਰਾਜਾ ਵੜਿੰਗ ਨੂੰ ਤਾਂ ਕੋਈ ਪ੍ਰਧਾਨ ਹੀ ਨਹੀਂ ਮੰਗਦਾ ਪੈਨਸ਼ਨਰਾਂ ਨੂੰ ਵੱਡੀ ਰਾਹਤ ਸਾਲ ਭਾਰ ਜੋ ਕਿਸੇ ਵੀ ਸਮੇਂ ਆਨਲਾਈਨ ਜਮ੍ਹਾਂ ਕਰਵਾ ਸਕਦੇ ਨੇ ਜੀਵਨ ਸਰਟੀਫਿਕੇਟ ਕਰਮਚਾਰੀ ਭਵਿੱਖ ਨੇ ਦੀ ਸੰਗਠਨ ਦਾ ਐਲਾਨ ਕੀਤਾ ਹੈ ਕਿ ਈਪੀਐਫਓ ਅਧੀਨ ਪੈਨਸ਼ਨਰ ਸਾਲ ਦੇ ਕਿਸੇ ਵੀ ਸਮੇਂ ਆਪਣਾ ਜੀਵਨ ਸਰਟੀਫਿਕੇਟ ਆਨਲਾਈਨ ਜਮ੍ਹਾਂ ਕਰਵਾ ਸਕਦੇ ਨੇ ਇਹ ਸਰਟੀਫਿਕੇਟ ਜਮ੍ਹਾਂ ਕਰਨ ਦੀ ਮਿਤੀ 1 ਸਾਲ ਤੋਂ ਵੈਧ ਹੋਵੇਗੀ ਏਪੀਐਸ 95 ਸਕੀਮ 19 ਨਵੰਬਰ 1995 ਤੋਂ ਸ਼ੁਰੂ ਹੋਈ ਸੀ ਰਜਿਸਟਰਡ ਪੈਨਸ਼ਨ ਹੋਰ ਕਿਸੇ ਸਮੇਂ ਵੀ ਆਪਣਾ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਨੇ ਡਿਜੀਟਲ ਲਾਈਫ ਸਰਟੀਫਿਕੇਟ ਕਿਵੇਂ ਜਮ੍ਹਾਂ ਕਰੀਏ ਸੋ ਇਸ ਦੇ ਲਈ ਚੈਨਲ ਤੇ ਭਾਈ ਸ਼ਾਰਟ ਵੀਡੀਓ ਚੈੱਕ ਕਰ ਸਕਦੇ ਹੋ ਬਹਿਬਲ ਕਲਾ ਤੇ ਬਦਬੀ ਗੋਲੀकांड ਮਾਮਲਾ ਹੁਣ 16 ਸਤੰਬਰ ਨੂੰ ਜਥੇਬੰਦੀਆਂ ਤਿਆਰ ਕਰਨ ਦੀਆਂ ਅਗਲੇ ਸੰਘਰਸ਼ ਦੀ ਰੂਪਰੇਖਾ ਬਹਿਬਲ ਕਲਾ ਵਿਖੇ ਕੀਤੇ ਗਏ ਸਿੱਖ ਜਥੇਬੰਦੀਆਂ ਦੇ ਇਕੱਠ ਦੌਰਾਨ ਵਕ ਵਕ ਬੁਲਾ ਰਿਆ ਨੇ ਕਹਿ ਕੇ ਬਹਿਬਲ ਗੋਲੀकांड ਦੇ ਬੁਲਾ ਰਿਆ ਮਾਮਲਿਆਂ ਦੇ ਵਿੱਚ ਦੋਚੀਆਂ ਤੇ ਸਾਜ਼ਿਸ਼ ਵਿੱਚ ਸ਼ਾਮਲ ਵਿਅਕਤੀਆਂ ਦੇ ਖਿਲਾਫ ਕਾਰਵਾਈ ਹੁਣ ਤੱਕ ਬਹਿਬਲ ਮੋਰਚਾ ਚੱਲ ਰਿਹਾ ਹੈ 16 ਸਤੰਬਰ 2022 ਦਿਨ ਸ਼ੁੱਕਰਵਾਰ ਨੂੰ ਇਸੇ ਸਥਾਨ ਤੇ ਸਹਿਦ ਪਾਟ ਦੇ ਪੋਗ ਉਪਰੰਤ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਮੂਲੀਅਤ ਕਰਨਗੇ ਤੇ ਅਗਲੇ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ। ਪੰਜਾਬ ਸਰਕਾਰ ਦੀਆਂ ਮਾਈਨਿੰਗ ਇੰਟਰ ਸਟੇਟ ਨੀਤੀਆਂ ਕਾਰਨ ਸੂਬੇ ਦੇ ਵਿੱਚ ਵਧਿਆ ਰੇਤ ਬਜਰੀ ਦੀਆਂ ਕੀਮਤਾਂ ਸੂਬੇਸ਼ਕ ਆਪ ਸਰਕਾਰ ਵੱਲੋਂ ਨਵੀਂ ਪਾਲਿਸੀ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ। ਨਵੀਂ ਪਾਲਿਸੀ ਵਿੱਚ ਰੇਤ ਬਜਰੀ ਦੀਆਂ ਕੀਮਤਾਂ ਘਟਣ ਦੀ ਬੱਜਾਵਾਦੀਆਂ ਦਿਖਾਈ ਦੇ ਰੀਆਂ ਨੇ ਲੋਕਾਂ ਦੇ ਵਿੱਚ ਨਿਰਾਸ਼ਾ ਦਿਸ ਰਹੀ ਹੈ ਜੀ ਦੂਜੇ ਪਾਸੇ ਦੇਸ਼ ਦੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਗਰਦਾਸਪੁਰ ਪਟਾਣਕੋਟ ਨੂੰ ਮਾਈਨਿੰਗ ਤੇ ਰੋਕ ਲਾ ਦਿੱਤੀ ਹੈ ਜਿਸ ਕਰਕੇ ਲੋਕਾਂ ਨੂੰ ਰੇਤਾ ਬਜਰੀ ਲੈਣ ਦੇ ਵਿੱਚ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੀਐਮ ਆਨ ਵੱਲੋਂ ਵੱਖ-ਵੱਖ ਵਿਭਾਗਾਂ ਚ ਚੇਅਰਮੈਨਾਂ ਦੀਆਂ ਕੀਤੀਆਂ ਗਈਆਂ ਨਿਯੁਕਤੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਖ-ਵੱਖ ਵਿਭਾਗਾਂ ਦੇ ਵਿੱਚ ਚੇਅਰਮੈਨਾਂ ਦੀਆਂ ਨੁਕਤੇਆਂ ਕੀਤੀਆਂ ਗਈਆਂ ਨੇ ਇਸ ਸਬੰਧੀ ਮੁੱਖ ਮੰਤਰੀ ਮਾਨ ਨੇ ਟਵਿੱਟਰ 'ਾਂ ਹੀ ਜਾਣਕਾਰੀ ਦਿੱਤੀ ਹੈ ਸਬੰਧੀ ਪੰਜਾਬ ਦੇ ਸੀਐਮ ਨੇ ਟਵਿੱਟਰ 'ਾਂ ਹੀ ਜਾਣਕਾਰੀ ਦਿੱਤੀ ਉਹਨਾਂ ਨੇ ਟਵੀਟ ਕੀਤਾ ਕਿ ਨਵੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਲਗਨ ਦੇ ਨਾਲ ਨਿਭਾਉਂਦੀ ਉਮੀਦ ਹੈ ਪੀਐਮ ਓ ਦੇ ਨੇ ਪਿਊਸ਼ ਗੋਲ ਦੇ ਘਰ ਜਾ ਕੇ ਮਨਾਇ ਗਣੇਸ਼ ਚਤੁਰਥੀ ਦੇਸ਼ਪੁਰ ਦੇ ਵਿੱਚ ਗਣੇਸ਼ ਚਤੁਰਥੀ ਦਾ ਤਿਹਾਰ ਤੂਮ ਤਾਮ ਨਾਲ ਮਨਾਇਆ ਜਾ ਰਿਹਾ ਹੈ ਜੀ ਮਸ਼ਹੂਰ ਹਸਤੀਆਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਗਣੇਸ਼ ਚਤੁਰਥੀ ਦੀ ਬਧਾਈ ਦਿੱਤੀ ਤੇ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕੀਤੀਆਂ ਨੇ ਟੈਂਡਰ ਘੁਟਾਲਾ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ ਨੂੰ ਭੇਜਿਆ ਗਿਆ ਜੇਲ ਸੋ ਚੌਥੀ ਵਾਰ ਅਦਾਲਤ ਚ ਪੇਸ਼ ਕੀਤਾ ਗਿਆ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਜਿ ਵਿਜੀਲੈਂਸ ਨੇ ਇਸ ਤੋਂ ਪਹਿਲਾਂ ਤਿੰਨ ਵਾਰ ਸਾਬਕਾ ਮੰਤਰੀ ਦਾ ਰਿਮਾਂਡ ਲੈ ਚੁੱਕੀ ਹੈ ਖੜਗੂ ਪਰਮਜੀਤ ਸਿੰਘ ਪੰਜਵੜ ਦੀ ਪਤਨੀ ਪਾਲਜੀਤ ਕੌਰ ਦਾ ਜਰਮਨ ਦੇ ਵਿੱਚ ਦੇਹਾਂਤ ਪੰਜਾਬ ਪੁਲਿਸ ਨੂੰ ਕੇਸੜੇ ਸੈਂਕੜੇ ਕੇਸਾਂ ਦੇ ਵਿੱਚ ਲੋੜੀਂਦੇ ਖੜਗੂ ਪਰਮਜੀਤ ਸਿੰਘ ਪੰਜਵੜ ਦੀ ਪਤਨੀ ਪਾਲਜੀਤ ਕੌਰ ਪੰਜਵੜ ਦਾ ਜਰਮਨ ਚੁ ਦੇਹਾਂਤ ਹੋ ਗਿਆ ਪਰਮਜੀਤ ਪੰਜਵੜ ਦੀ ਪਤਨੀ ਤੇ ਬੱਚੇ ਜਰਮਨ ਦੇ ਕੈਨੇਡਾ ਦੇ ਵਿੱਚ ਸੈਟਲ ਨੇ ਉਸਦੀ ਪਤਨੀ ਪਾਲਜੀਤ ਕੌਰ ਲੰਬੇ ਸਮੇਂ ਤੋਂ ਜਰਮਨੀ ਦੇ ਵਿੱਚ ਜਲਾਵਤਨੀ ਜੀਵਨ ਬਤੀਤ ਕਰ ਰਹੀ ਸੀ। ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਕਲਦੀਪ ਤਾਲੀਵਾਲ ਤੇ ਲਾਲਚੰਦ ਕਟਾਰੂ ਚੱਕ 3 ਸਤੰਬਰ ਨੂੰ ਵਿਆਹ ਪੂਰਬ ਦੇ ਵਿੱਚ ਹੋਣਗੇ ਸ਼ਾਮਲ ਸੋ ਵੱਡੀ ਖਬਰ ਹੈ। ਪੰਜਾਬ ਦੇ ਵਿੱਚ ਨਕਲੀ ਸ਼ਰਾਬ ਬਣਾਉਣ ਦਾ ਤੰਦਾਜੇ ਵੀ ਜੋਰਾ ਸ਼ੂਰਾ ਦੇ ਨਾਲ ਜਾਰੀ ਹੈ ਸੋ ਕੱਲ 35000 ਲੀਟਰ ਨਕਲੀ ਸ਼ਰਾਬ ਬਰਾਮਦ ਹੋਈ ਹੈ ਪਟਿਆਲਾ ਦੇ ਵਿੱਚ ਜਿੱਥੇ ਪੁਲਿਸ ਨੇ ਬਨੂੜ ਥਾਣੇ ਦੇ ਵੱਲੋਂ ਨਕਲੀ ਸ਼ਰਾਬ ਫੜੀ ਗਈ ਹੈ ਬਨੂੜ ਪੁਲਿਸ ਨੇ ਐਕਸਾਈਜ਼ ਐਕਟ ਦੇ ਅਧੀਨ ਆਈ ਪੀਸੀ ਦੀਆਂ ਵੱਖ-ਵੱਖ ਤਾਰਾਮਾਂ ਦੇ ਤਹਿਤ ਇਹ ਮਾਮਲਾ ਦਰਜ ਕਰ ਲਿਆ ਹੈ ਕੈਨੇਡਾ ਤੋਂ ਮੰਦਭਾਗੀ ਖਬਰ ਅਜੇ ਪੰਜਾਬੀ ਨੌਜਵਾਨ ਦੀ ਪਾਣੀ ਦੇ ਵਿੱਚ ਡੁੱਬਣ ਗਾ ਕੇ ਮੌਤ ਹੋ ਗਈ ਹੈ ਜਿਸ ਦੀ ਪਛਾਣ 37 ਸਾਲਾ ਮਨਦੀਪ ਸਿੰਘ ਉਪਲ ਵਜੋਂ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਆਪਣੇ ਪੁੱਤਰ ਸਨੇ ਪੀਐਮ ਮੋਦੀ ਨਾਲ ਮਿਲਦੇ ਤੇ ਜਿਨ੍ਹਾਂ ਦਾ ਆਪਣੀ ਪਿੱਠ ਦਾ ਲੰਡਨ ਤੋਂ ਇਲਾਜ ਕਰਵਾ ਕੇ ਦੇਸ਼ ਪਰਤਣ ਤੋਂ ਬਾਅਦ ਸਿੱਧਾ ਮੋਦੀ ਦੀ ਕੋਠੀ ਵਿੱਚ ਜਾ ਕੇ ਰੁਕੇ। ਉਹਨਾਂ ਨੇ ਕਿਹਾ ਜੀ ਮੋਦੀ ਨਾਲ ਮਿਲਣੀ ਬਹੁਤ ਨਿੱਗੀ ਰਹੀ ਹੈ ਪੰਜਾਬ ਦੇ ਮਸਲਿਆਂ ਤੇ ਵਿਚਾਰ ਕੀਤੀ ਗਈ ਹੈ। ਚੰਗੀ ਗੱਲ ਹੈ ਜੇ ਮਨਪ੍ਰੀਤ ਬਾਦਲ ਤੇ ਪਰਚਾ ਹੋਇਆ ਸਿੰਘਲਾ ਬੋਲੇ ਮੈਨੂੰ ਮਿਲ ਰਹੀਆਂ ਨੇ ਧਮਕੀਆਂ, ਬੀਜੇਪੀ ਆਗੂ ਸਰੂਪ ਚੰਦ ਸਿੰਘਲਾ ਨੇ ਕਾਂਗਰਸ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਵਿਰੁੱਧ ਗੰਭੀਰ ਦੋਸ਼ ਲਾਇਆ ਉਹਨਾਂ ਨੇ ਕਿਹਾ ਜੀ ਬਾਦਲ ਨੇ ਲੋਕਾਂ ਨੂੰ ਧਮਕੀਆਂ ਦੇ ਦੇਣ ਉਹਨਾਂ ਨੇ ਕਿਹਾ ਜੀ ਮੈਂ ਉੱਤੇ ਮਨਪ੍ਰੀਤ ਬਾਦਲ ਤੇ ਉਸ ਦੇ ਰਿਸ਼ਤੇਦਾਰਾਂ 'ਵਰੁੱਧ ਸ਼ਿਕਾਇਤ ਕੀਤੀ ਹੋਈ ਹੈ ਮੈਨੂੰ ਹੁਣ ਇਹ ਵੀ ਪਤਾ ਲੱਗਾ ਕਿ ਮਨਪ੍ਰੀਤ ਬਾਦਲ ਵਿਰੁੱਧ ਕੇਸ ਦਰਜ ਹੋਇਆ ਜੋ ਕਿ ਬਹੁਤ ਵਧੀਆ ਗੱਲ ਹੈ ਉਧਰੋਂ ਬਾਦਲ ਨੇ ਕਿਹਾ ਜੀ ਮੇਰੇ ਤੇ ਕੋਈ ਪਰਚਾ ਪੁਰਚਾਣੀ ਹੋਇਆ ਉਧਰ ਵਿੱਤ ਮੰਤਰੀ ਹਰਪਾਲ ਚੀਮਾ ਮਨਪ੍ਰੀਤ ਬਾਦਲ ਦੇ ਵਿਰੁੱਧ ਸ਼ਿਕਾਇਤ ਤੇ ਕਿਹਾ ਕਿ ਜੇਕਰ ਕਿਸੇ ਵਿਰੁੱਧ ਸ਼ਿਕਾਇਤ ਆਉਂਦੀ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ ਲੱਗਦਾ ਆਪ ਵੀ ਸੱਤਾ ਦੇ ਨਸੇ ਚ ਡੁੱਬ ਗਈ ਆਪਕਾਰੀ ਨੀਤੀ ਦੇ ਅੰਨਾ ਹਜ਼ਾਰੇ ਨੇ ਕੇਜਰੀਵਾਲ ਨੂੰ ਲਿਖਿਆ ਚਿੱਠਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਖਤ શ્રી ਦਮਦਮਾ ਸਾਹਿਬ ਹੋਏ ਨਾਤਮਸਤਕ ਜਿਸ ਦੇ ਵਿੱਚ ਹਲਕਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਹਲਕਾ ਪੂਚੇ ਤੋਂ ਵਿਧਾਇਕ ਮਾਸਟਰ ਜਗਸੀਰ ਸਿੰਘ ਹਲਕਾ ਮੋੜ ਦੇ ਵਿਧਾਇਕ ਸੁਖਵੀਰ ਮੈਸਰ ਖਾਨਾ ਤੇ ਵਿਧਾਇਕ ਗੁਰਪ੍ਰੀਤ ਬਾਨਾਂ ਵਾਲੀ ਬਲਕਾਰ ਸਿੱਧੂ ਜਗਰੂਪ ਗਿੱਲ ਆਦਿ ਸ਼ਾਮਲ ਸਨ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਧੰਨਵਾਦ